ਬੱਚਿਓ ਡਾ ਵਜੀਫਾ ਆਇਆ ਸਾਜੀ ਕੀ ਆਇਆ ਇੱਕ ਤੁਹਾਡੇ ਸਾਈਕਲ ਆਏ ਨੇ ਹਾਂਜੀ ਇੱਕ ਤੁਹਾਡੀਆਂ ਵਰਦੀਆਂ ਆਈਆਂ ਨੇ ਹਾਂਜੀ ਇੱਕ ਤੁਹਾਡਾ ਵਜੀਫਾ ਆਇਆ ਹੈ ਠੀਕ ਆ ਹਾਂ ਸਾਈਨ ਕਰੋ ਨੈਕਸਟ ਨੰਬਰ ਤੂੰ ਕਿਧਰ ਹੋਈ ਸਰ ਜੀ ਮੈਂ ਤੇ ਆ ਪੈਸੇ ਦਾ ਵਜੀਫਾ ਲੈਣ ਆਇਆ ਸ਼ਾਂ ਇਹ ਗਰੀਬ ਬੱਚਿਆਂ ਲਈ ਆ ਸਰ ਜੀ ਮੈਂ ਗਰੀਬ ਹੀ ਆ ਮੇਰੇ ਕੋਲ ਵੇਲੇ ਇੱਕ ਹੀ ਆ ਝੋਲਾ ਹੈ ਪੁਣੇ ਚ ਮੈਨੂੰ ਮੰਮੀ ਰੋਟੀ ਬਣ ਕੇ ਦਿੰਦੀ ਆ ਮੈਂ ਪਜਾਮਾ ਹੀ ਪਾਟਾ ਵਾ ਵੀ ਸਰ ਜੀ ਮੈਂ ਗਰੀਬ ਆ ਵੀ ਇਹ ਗਰੀਬ ਬੱਚਿਆਂ ਲਈ ਆ ਇਹ ਐਸੀ ਬੀਸੀ ਬੱਚਿਆਂ ਲਈ ਆ ਸਰ ਜੀ ਜਿਹਨੂੰ ਤੁਸੀਂ ਵਜੀਫਾ ਦਿੰਦੇ ਜੋ ਇਹ ਚ ਮੈਂ ਕੁਝ ਨਹੀਂ ਕਰ ਸਕਦਾ ਇਹ ਸਿਸਟਮ ਦੇ ਹੱਥ ਵਾਸਾ ਐਸੀ ਬੀਸੀ ਕੀ ਹੁੰਦਾ ਵਾ ਤੁਸੀਂ ਭਰਿਆ ਵਾ ਇਹ ਗਰੀਬ ਬੱਚਿਆਂ ਲਈ ਆ ਸਿਸਟਮ ਨੇ ਭੇਜਿਆ ਸਾਡੀ ਇਹ ਪਰ ਤੁਹਾਨੂੰ ਨਹੀਂ ਮਿਲੂਗਾ ਤੂੰ ਜਰਨਲ ਆ ਸਾਡੀ ਮੈਂ ਗਰੀਬ ਆ ਮੈਂ ਗਰੀਬ ਆ ਮੈਂ ਮੇਰਾ ਵੀ ਭਰੋ ਨਹੀਂ ਇਹ ਤੂੰ ਸਮਝ ਐਸੀ ਬੀਸੀ ਬੱਚਿਆਂ ਲਈ ਆ ਸਾਡੀ ਇਹ ਮੈਂ ਗਰੀਬ ਮੈਂ ਤੇਰੀਆਂ ਭਾਵਨਾਵਾਂ ਨੂੰ ਸਮਝਦਾ ਪਰ ਇਹ ਐਸੀ ਬੀਸੀ ਬੱਚਿਆਂ ਲਈ ਆ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ ਸਾਥੀਓ ਜਿਹੜਾ ਸਾਡਾ ਇਹ ਅੱਜ ਦਾ ਗਾਣ ਸੀ ਇਹ ਸੀ ਕਿ ਜਿਹੜਾ ਸਾਡੇ ਕਈ ਸਾਥੀ ਨੇ ਕਿਉਂਕਿ ਜਿਹੜੀ ਗਰੀਬੀ ਹੈ ਉਹ ਕਿਸੇ ਜਾਤੀ ਨੂੰ ਵੇਖ ਕੇ ਨਹੀਂ ਆਉਂਦੀ ਕਿਸੇ ਕਲਚਰ ਨੂੰ ਕਿਸੇ ਜਾਤ ਪਾਤ ਨੂੰ ਵੇਖ ਕੇ ਨਹੀਂ ਆਇਆ ਕਰਦੀ ਜਿਹੜੀ ਗਰੀਬੀ ਹੈ ਉਹ ਹਰ ਇੱਕ ਵਿਅਕਤੀ 'ਤੇ ਆ ਸਕਦੀ ਹੈ ਅਤੇ ਇਸ ਲਈ ਜਿਹੜੀਆਂ ਸਰਕਾਰ ਉੱਪਰ ਬਹਿ ਕੇ ਪੋਲਸੀਆਂ ਤੈਅ ਕਰਦੀ ਹੈ ਉਹ ਛੋਟੇ ਕਿਸਾਨਾਂ ਲਈ ਵੀ ਇੱਕ ਹੋਣੀਆਂ ਚਾਹੀਦੀਆਂ ਨੇ ਮਜ਼ਦੂਰਾਂ ਦੇ ਲਈ ਵੀ ਇੱਕ ਹੋਣੀਆਂ ਚਾਹੀਦੀਆਂ ਨੇ ਸਮਾਨ ਜਿਹੜੀਆਂ ਪੋਲਸੀਆਂ ਇੱਕ ਸਨਮਾਨ ਸਾਰਿਆਂ ਦੀ ਸਾਰਿਆਂ ਨੂੰ ਇੱਕ ਨਿਗਾਹ ਦੇ ਨਾਲ ਦੇਖਣਾ ਚਾਹੀਦਾ ਹੈ ਇੱਕ ਬੰਨੇ ਤਾਂ ਉਹ ਲੋਕ ਨੇ ਜਿਨ੍ਹਾਂ ਕੋਲ 250-250 ਕਿੱਲਾ ਪੈੜੀ ਹੈ ਪਰ ਉਹਨਾਂ ਦੀਆਂ ਫਿਰ ਵੀ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਬੱਚਿਆਂ ਨੂੰ ਫਿਰ ਵੀ ਜਿਹੜਾ ਵਾ ਸਹੂਲਤਾਂ ਪੂਰੀਆਂ ਮਿਲ ਰਹੀਆਂ ਨੇ ਪਰ ਇੱਕ ਮੰਨੇ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈਗਾ ਪਰ ਉਹ ਜਿਹੜਾ ਐਸਸੀ ਬੀਸੀ ਦਾ ਜਿਹੜਾ ਰੌਲਾ ਪੈ ਜਾਂਦਾ ਹੈ ਅਤੇ ਕਿਸਾਨਾਂ ਦੇ ਬੱਚਿਆਂ ਕੋਲ ਕਈ ਜਿਹੜੇ ਛੋਟੇ ਕਿਸਾਨ ਆ ਜਿਹੜੇ ਕਿ ਕਾਗਜ਼ਾਂ ਦੇ ਵਿੱਚ ਤਾਂ ਕਿਸਾਨ ਆ ਪਰ ਉਹਨਾਂ ਦੇ ਕੋਲ ਵਾਹੀ ਯੋਗ ਜ਼ਮੀਨ ਨਹੀਂ ਹੈ ਅਤੇ ਉਹਨਾਂ ਦਾ ਕਈਆਂ ਦਾ ਤਾਂ ਆਪਣਾ ਘਰ ਵੀ ਨਹੀਂ ਹੈਗਾ ਇਸ ਦੇ ਵਿੱਚ ਅਸੀਂ ਇਹ ਪੇਸ਼ ਕੀਤਾ ਹੈ ਕਿ ਜਿਹੜਾ ਇੱਕ ਛੋਟੇ ਕਿਸਾਨ ਦੇ ਬੱਚੇ ਦੀ ਅੱਜ ਕੀ ਹਾਲਤ ਹੈ ਇਸ ਦੇ ਵਿੱਚ ਅਸੀਂ ਪੇਸ਼ ਕੀਤਾ ਹੈ ਇਸ ਵੀਡੀਓ ਨੂੰ ਵੀਰੋ ਦੱਬ ਕੇ ਸ਼ੇਅਰ ਕਰੋ ਅਤੇ ਜੇ ਕਿਸੇ ਵੀਰ ਨੇ ਸਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਸਾਡਾ ਨੰਬਰ ਹੈ 8968567493 8968567493 ਧੰਨਵਾਦ ਜੀ